So now let us continue with the same paragraph. So Faruqi कहता कि authoritarian societies जड़ियाँ वो नहीं चाहदियाँ कि लोग एक दूजे नाल जुड़न. क्यों नहीं चाहदियाँ होनगियाँ? बिकॉज इफ द पीपल आर कनैक्टेड विद ईच अदर, फिर उन्होंने की लगता है कि असं अपनी मनमर्जी नहीं कर सकते क्योंकि लोग एक दूजे नाल गल करनगे, एंड दैन दे विल रिबेल अगेंस्ट अस, दे विल रिवोल्ट अगेंस्ट अस. इस तो उलट जड़ियाँ डेमोक्रेटिक सोसाइटीज़ है वो की चाहदियाँ दैट पीपल शुड बी कनैक्टेड विद ईच अदर, क्योंकि ये नाल ही की हो सकती है देश की प्रोग्रेस हो सकती है. सो तुसी हुण देखो इहनू कि जे कोई सपोज कोई सरकार चाहती है दैट सपोज इट इज़ अ डेमोक्रेटिक सोसाइटी एंड गवर्नमेंट रियली वॉन्ट्स दैट पीपल शुड बी कनैक्टेड विद वन अनदर, तो फिर वो की करनगे? देखो इहनू, ब्रॉड इंप्लीमेंटेशन ऑफ द इंटरनेट इज वन वे टू प्रमोट सोशल नैटवर्किंग. सो एक तो तरीका की है कि इंटरनेट की सुविधा हर एक नूं दित्ती जाए जिदे नाल के लोकी फिर उहदा इस्तेमाल करन ते एक दूजे नाल जुड़न. ऑफकोर्स मच ऑफ द स्प्रैड ऑफ इंटरनेट इज स्पॉन्टेनियस. सो की कहिंदा कि यह तो गल मनन वाली है कि इंटरनेट जिहड़ी इंटरनेट नूं देण वास्ते ਇਹ ਇੱਕ ਤਰ੍ਹਾਂ ਨਾਲ ਇਹ ਮਤਲਬ ਸਰਕਾਰ ਨੂੰ ਕੋਈ ਖਾਸ ਕੋਸ਼ਿਸ਼ ਵੀ ਨਹੀਂ ਕਰਨੀ ਪਊਗੀ ਇੰਟਰਨੈਟ ਦੇਣ ਵਾਸਤੇ. ਇਟ ਇਜ਼ ਸਪੋਂਟੇਨੀਅਸ. ਸਪੋਂਟੇਨੀਅਸ ਮੀਨਸ ਜਿੱਥੇ ਚਾਹ ਹੁੰਦੀ ਹੈ ਉੱਥੇ ਆਪਣੇ ਆਪ ਹੀ ਇੰਟਰਨੈਟ ਜਿਹੜਾ ਉਹ ਹਰ ਘਰ ਦੇ ਵਿੱਚ ਆ ਜਾਂਦਾ ਜਿੱਥੇ ਲੋਕਾਂ ਦਾ ਮਨ ਹੁੰਦਾ ਲੈਣ ਦਾ. ਸੋ ਲੌਂਗ ਐਜ਼ ਦਾ ਟੈਲੀਫੋਨ ਸਿਸਟਮ ਵਰਕਸ ਰੀਜ਼ਨੇਬਲੀ ਵੈਲ, ਇੰਟਰਨੈਟ ਸਰਵਿਸ ਪ੍ਰੋਵਾਈਡਰਸ ਕੈਨ ਸਪਰਿੰਗ ਅਪ ਟੂ ਆਫਰ ਇੰਟਰਨੈਟ ਸਰਵਿਸ ਟੂ ਐਨੀ ਵਨ ਹੂ ਵਾਂਟਸ ਇੱਟ. ਕਿ ਜਿੱਥੇ ਟੈਲੀਫੋਨ ਸਿਸਟਮ ਹੀ ਬਸ ਸਰਕਾਰ ਨੇ ਪ੍ਰੋਵਾਈਡ ਕਰਨਾ ਹੁੰਦਾ, ਅੱਛਾ ਉਸ ਤੋਂ ਬਾਅਦ ਇੰਟਰਨੈਟ ਦੀ ਸੁਵਿਧਾ ਲੋਕ ਆਪਣੇ ਆਪ ਹੀ ਲਈ ਜਾਂਦੇ ਹੈ. ਸੋ ਜਿੱਥੇ ਲੋਕਾਂ ਦੀ ਮਰਜ਼ੀ ਹੈ ਉੱਥੇ ਸਰਕਾਰ ਨੂੰ ਬਹੁਤ ਜ਼ਿਆਦਾ ਕੋਸ਼ਿਸ਼ ਵੀ ਨਹੀਂ ਕਰਨੀ ਪੈਂਦੀ. ਇਨ ਐਨ ਇਨਫਲੂਐਂਸ ਸੋਸਾਇਟੀ ਵਿਦ ਸਟਰੋਂਗ ਸੋਸ਼ਲ ਨੈਟਵਰਕਸ ਦਿਸ ਮਾਈਟ ਬੀ ਇਨਫ. ਸੋ ਜਿੱਥੇ ਕਿ ਸਭ ਕੁਛ ਠੀਕ ਠਾਕ ਚੱਲ ਰਿਹਾ ਸੀ, ਜਿੱਥੇ ਕਿ ਸਮਾਜ ਜਿਹੜਾ ਸੀ ਉਹ ਐਫਲੂਐਂਟ ਹੈ, ਐਫਲੂਐਂਟ ਦਾ ਜਿੱਥੇ ਲੋਕ ਅਮੀਰ ਹੈਗੇ ਉੱਥੇ ਕੀ ਹੈ, ਉੱਥੇ ਕੋਈ ਇੰਟਰਨੈਟ ਦਾ ਪ੍ਰਸਾਰ ਕਰਨ ਦੇ ਵਿੱਚ ਸਰਕਾਰ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਕਿਉਂਕਿ ਲੋਕ ਆਪਣੇ ਆਪ ਹੀ ਇੰਟਰਨੈਟ ਕਨੈਕਸ਼ਨਸ ਲਈ ਜਾਂਦੇ ਆ. ਬਟ ਵੈਨ ਰਿਸੋਰਸਿਸ ਆਰ ਮੋਰ ਲਿਮਿਟਿਡ ਔਰ ਦਾ ਕਲਚਰਲ ਪ੍ਰੈਕਟਿਸਿਸ ਆਫ ਨੈਟਵਰਕਿੰਗ ਹੈਵ ਬੀਨ ਵੀਕਨਡ ਬਾਏ ਦਾ ਹਿਸਟਰੀ ਆਫ ਅਥੋਰੀਟੇਰੀਅਨਿਜ਼ਮ, ਸਟੇਟ ਪੋਲਿਸੀਜ਼ ਹੈਵ ਸਮ ਹੋਪ ਆਫ ਪ੍ਰਮੋਟਿੰਗ ਇੰਟਰਨੈਟ ਯੂਜ਼. ਪਰ ਇਸ ਤੋਂ ਉਲਟ ਜਿੱਥੇ ਕਿ ਰਿਸੋਰਸਿਸ ਆਰ ਲਿਮਿਟਿਡ ਮੀਨਸ ਜਿੱਥੇ ਕਿ ਇੰਨੇ ਜ਼ਿਆਦਾ ਸਾਧਨ ਸਰਕਾਰ ਦੇ ਕੋਲ ਨਹੀਂ ਹੈ, ਜਿੱਥੇ ਗਰੀਬ ਕੰਟਰੀ ਹੈ ਜਾਂ ਉੱਥੇ ਲੋਕਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ ਗਿਆ ਕਿਉਂਕਿ ਉਸ ਕੰਟਰੀ ਦੇ ਵਿੱਚ ਬਹੁਤ ਦੇਰ ਤੋਂ ਅਥੋਰੀਟੇਰੀਅਨਿਜ਼ਮ ਰਿਹਾ ਹੈ. ਅਥੋਰੀਟੇਰੀਅਨਿਜ਼ਮ ਦਾ ਉਹੀ ਮਤਲਬ ਹੈ ਜਿੱਥੇ ਕਿ ਆਮ ਬੰਦੇ ਨੂੰ ਫਰੀਡਮ ਘੱਟ ਦਿੱਤੀ ਜਾਂਦੀ ਹੈ ਉਹੋ ਜਿਹੀ ਕੰਟਰੀਜ਼ ਦੇ ਵਿੱਚ. ਉੱਥੇ ਜ਼ਰੂਰ ਸਰਕਾਰ ਨੂੰ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ. ਗਵਰਨਮੈਂਟ ਫੇਸਿਸ ਚੈਲੇਂਜਿਸ ਇਨ ਦੋਜ ਕੰਟਰੀਜ਼ ਵਿਚ ਆਰ ਨੋਟ ਵੈਰੀ ਰਿਚ ਔਰ ਵੇਅਰ ਦੇਅਰ ਹੈਜ਼ ਬੀਨ ਫੋਰ ਅ ਲੋਂਗ ਟਾਈਮ ਐਨ ਅਥੋਰੀਟੇਰੀਅਨ ਰੂਲ ਵਿਚ ਹੈਜ਼ ਡਿਸਕਰੇਜਡ ਦ ਪੀਪਲ ਨੈਟਵਰਕਿੰਗ ਵਿਦ ਈਚ ਅਦਰ. ਜਿੱਥੇ ਕਿ ਸ਼ੁਰੂ ਤੋਂ ਸਰਕਾਰ ਨੇ ਬੜੀ ਦੇਰ ਤੋਂ ਲੋਕਾਂ ਨੂੰ ਦਬਾ ਕੇ ਰੱਖਿਆ, ਉਹਨਾਂ ਨੂੰ ਇੱਕ ਦੂਜੇ ਨਾਲ ਨਹੀਂ ਕਨੈਕਟ ਹੋਣ ਦਿੱਤਾ, ਉੱਥੇ ਮੁਸ਼ਕਿਲ ਆ ਸਕਦੀ. ਅਦਰਵਾਈਜ਼ ਉਹ ਕੀ ਕਹਿੰਦਾ ਕਿ ਸਰਕਾਰ ਨੂੰ ਇਹਦੇ ਵਿੱਚ ਬਹੁਤ ਕੰਮ ਨਹੀਂ ਕਰਨਾ ਪੈਂਦਾ ਕਿਉਂਕਿ ਲੋਕ ਆਪਣੇ ਆਪ ਹੀ ਇੰਟਰਨੈਟ ਲਈ ਜਾਂਦੇ ਆ. ਦ ਮੋਸਟ ਓਬਵੀਅਸ ਪੋਲਿਸੀ ਸਿੰਪਲੀ ਪਲੱਗਿੰਗ ਐਵਰੀਬਡੀ ਇਨ ਇਜ਼ ਫਾਰ ਟੂ ਐਕਸਪੈਂਸਿਵ ਐਂਡ ਡਜ਼ ਨੋਟ ਐਡਰੈਸ ਦ ਸੋਸ਼ਲ ਐਂਡ ਕਲਚਰਲ ਇਸ਼ੂਜ਼. ਸੋ ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਸਾਡੇ ਲੋਕ ਇੰਟਰਨੈਟ ਦੇ ਨਾਲ ਇੱਕ ਦੂਜੇ ਨਾਲ ਜੁੜਨ, ਤਾਂ ਜੇ ਸਪੋਜ਼ ਹੁਣ ਇੰਡੀਆ ਚਾਹੁੰਦਾ ਹੋਵੇ ਤਾਂ ਉਹਨੂੰ ਪਹਿਲਾਂ ਕੀ ਕਰਨਾ ਪਊਗਾ? ਉਹਨੂੰ ਘਰ ਘਰ ਦੇ ਵਿੱਚ ਫਰੀ ਦੇ ਵਿੱਚ ਇੰਟਰਨੈਟ ਕਨੈਕਸ਼ਨਸ ਦੇਣੇ ਪੈਣਗੇ. ਉਹ ਕੀ ਕਹਿੰਦਾ ਕਿ ਦੈਟ ਇਜ਼ ਸਮਥਿੰਗ ਵੈਰੀ ਐਕਸਪੈਂਸਿਵ. ਸੋ ਫਿਰ ਉਹ ਕੀ ਕਹਿੰਦਾ ਕਿ ਇਹਦੇ ਨਾਲੋਂ ਚੰਗਾ ਕੀ ਹੈ ਕਿ ਦੈਨ ਹੀ ਸੁਜੈਸਟਸ 10 ਪੁਆਇੰਟਸ. ਉਹ 10 ਪੁਆਇੰਟਸ ਦੱਸਦਾ ਜਿਹਦੇ ਨਾਲ ਕਿ ਇੰਟਰਨੈਟ ਦਾ ਫਾਇਦਾ ਮੈਕਸੀਮਮ ਚੱਕਿਆ ਜਾ ਸਕਦਾ, ਕਾਹਦੇ ਵਿੱਚ? ਤਾਂ ਕਿ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾ ਸਕੇ. ਸੋ ਫਸਟ ਦੇਖੋ, ਫਸਟ ਉਹਦੀ ਕੀ ਸੁਜੈਸ਼ਨ ਹੈ? ਰਿਜ਼ਿਸਟ ਦ ਸਟੈਂਡਰਡ ਸੇਲਸ ਪਿੱਚ ਫੋਰ ਨਿਊ ਟੈਕਨੋਲੋਜੀ.
ਸੋ ਪਹਿਲਾ ਉਹਦਾ ਕੀ ਹੈਗਾ ਕਿ ਜਿਹੜੀ ਕਿ ਹਮੇਸ਼ਾ ਜਿਹੜੀਆਂ ਕੰਪਨੀਜ਼ ਆਪਣੀ ਜਦੋਂ ਉਹਨਾਂ ਨੇ ਵੇਚਣੇ ਹੁੰਦੇ ਆਪਣੇ ਜਿਹੜੇ ਕੰਪਿਊਟਰਸ ਹੈ ਤਾਂ ਕੀ ਕਹਿੰਦੇ ਆ ਕਿ ਤੁਹਾਡੇ ਕੋਲ ਤਾਂ ਬਹੁਤ ਪੁਰਾਣਾ ਜਿਹੜਾ ਹੈਗਾ ਤੁਹਾਡੇ ਕੋਲ ਸੈੱਟ ਪਿਆ ਐਂਡ ਦੇ ਵਿਲ ਆਲਵੇਜ਼ ਟੈਲ ਯੂ ਕਿ ਹੁਣ ਤਾਂ ਹੋਰ ਬਹੁਤ ਨਵਾਂ ਆ ਗਿਆ ਐਂਡ ਯੂ ਸ਼ੁੱਡ ਬਾਏ ਦੈਟ ਸੋ ਕਈ ਵਾਰ ਤੁਸੀਂ ਉਹਨਾਂ ਦੇ ਗੱਲਾਂ ਦੇ ਵਿੱਚ ਆ ਕੇ ਕੀ ਕਰ ਦਿੰਦੇ ਹੋ ਤੁਸੀਂ ਆਪਣੀ ਚੰਗਾ ਭਲਾ ਚੱਲਦੀ ਚੀਜ਼ ਨੂੰ ਵੇਚ ਦਿੰਦੇ ਹੋ ਜਾਂ ਤੁਸੀਂ ਕੰਡਮ ਕਰਕੇ ਸੁੱਟ ਦਿੰਦੇ ਹੋ ਐਂਡ ਯੂ ਬਾਏ ਦਾ ਨਿਊ ਥਿੰਗ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਤੁਹਾਡੇ ਇਟਸ ਅ ਬਿਗ ਵੇਸਟੇਜ ਆਫ ਮਨੀ ਸੋ ਕੀ ਕਹਿੰਦਾ ਰਿਜ਼ਿਸਟ ਦ ਸਟੈਂਡਰਡ ਸੇਲਸ ਪਿਚ ਫੋਰ ਨਿਊ ਟੈਕਨੋਲੋਜੀ ਮੀਨਸ ਕਿ ਬੇਸ਼ੱਕ ਜਿਹੜੇ ਵੇਚਣ ਵਾਲੇ ਆ ਤੁਹਾਨੂੰ ਬਹੁਤ ਜ਼ਿਆਦਾ ਲੁਭਾਉਣ ਦੀ ਕੋਸ਼ਿਸ਼ ਕਰਨਗੇ ਕਿ ਤੁਸੀਂ ਤੁਹਾਡੇ ਕੋਲ ਤਾਂ ਬਹੁਤ ਪੁਰਾਣੀ ਚੀਜ਼ ਪਈ ਹੈ ਯੂ ਸ਼ੁੱਡ ਬਾਏ ਦ ਨਿਊ ਵਨ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਤੁਸੀਂ ਇਸ ਲਾਲਚ ਦੇ ਵਿੱਚ ਨਾ ਆਓ ਦਿਸ ਸੇਲਸ ਪਿਚ ਵਿਚ ਇਜ਼ ਫਾਊਂਡ ਇਨ ਐਵਰੀ ਪਾਰਟ ਆਫ ਦ ਵਰਲਡ ਪਲੇਸ ਔਨ ਯੂਅਰ ਫੀਅਰਸ ਆਫ ਬੀਇੰਗ ਲੈਫਟ ਬਿਹਾਈਂਡ ਬਾਏ ਟੈਕਨੋਲੋਜੀਕਲ ਚੇਂਜ ਸੋ ਕਹਿੰਦਾ ਕਿ ਇਹ ਤਕਰੀਬਨ ਹਰ ਮੁਲਕ ਦਾ ਹੀ ਹਾਲ ਹੈ ਭਾਵੇਂ ਉਹ ਅਮੀਰ ਤੋਂ ਅਮੀਰ ਹੈ ਗਰੀਬ ਭਾਵੇਂ ਉਹ ਗਰੀਬ ਹੈ ਉੱਥੋਂ ਦੀਆਂ ਜਿਹੜੀਆਂ ਕੰਪਨੀਜ਼ ਹੈ ਉਹ ਲੋਕਾਂ ਨੂੰ ਕੀ ਫੀਲ ਕਰਵਾਉਂਦੀਆਂ ਕਿ ਤੁਹਾਡੇ ਕੋਲ ਤਾਂ ਪੁਰਾਣੀ ਚੀਜ਼ ਪਈ ਹੈ ਯੂ ਸ਼ੁੱਡ ਬਾਏ ਦਾ ਨਿਊ ਵਨ ਸੋ ਕੀ ਕਹਿੰਦਾ ਕਿ ਤੁਹਾਨੂੰ ਇਸ ਚੀਜ਼ ਵੱਲ ਆਪਣੇ ਕੰਨ ਬੰਦ ਕਰ ਲੈਣੇ ਚਾਹੀਦੇ ਇਟ ਟ੍ਰੀਟਸ ਆਲ ਆਫ ਯੋਰ ਐਕਸਪੀਰੀਅੰਸ ਐਂਡ ਕੋਮਨ ਸੈਂਸ ਐਜ ਆਬਸੋਲੀਟ ਥਿੰਗਸ ਆਫ ਦ ਪਾਸਟ ਮਤਲਬ ਇਹ ਲੋਕਾਂ ਨੇ ਵੇਚਣੇ ਹੁੰਦੇ ਆਪਣੇ ਕੰਪਨੀਜ਼ ਨੇ ਤਾਂ ਉਹ ਤੁਹਾਨੂੰ ਕੀ ਕਹਿੰਦੇ ਕਿ ਤੁਹਾਡੇ ਕੋਲ ਤਾਂ ਬਹੁਤ ਪੁਰਾਣੀ ਚੀਜ਼ ਪਈ ਹੈ ਸੋ ਕੀ ਕਹਿੰਦਾ ਕਿ ਕੰਟਰੀਜ਼ ਜਿਹੜੀਆਂ ਇਹਨਾਂ ਦੀਆਂ ਇਹਨਾਂ ਕੰਪਨੀਜ਼ ਦੀਆਂ ਗੱਲਾਂ ਦੇ ਵਿੱਚ ਨਾ ਆਉਣ ਸਰਕਾਰਾਂ ਇਹਨਾਂ ਕੰਪਨੀਜ਼ ਦੀਆਂ ਗੱਲਾਂ ਵਿੱਚ ਨਾ ਆਉਣ ਕਿਉਂਕਿ ਇਹਨਾਂ ਨੇ ਤਾਂ ਆਪਣੀ ਚੀਜ਼ ਵੇਚਣੀ ਹੁੰਦੀ ਹੈ ਹੁਣ ਨੰਬਰ 2 ਪੁਆਇੰਟ ਦੇਖੋ ਡੂ ਨੋਟ ਸਪੈਂਡ ਵਾਸਟ ਸਮਸ ਆਫ ਮਨੀ ਟੂ ਬਾਏ ਮਸ਼ੀਨਰੀ ਦੈਟ ਯੂ ਆਰ ਗੋਇੰਗ ਟੂ ਸੈੱਟ ਡਾਊਨ ਔਨ ਟੋਪ ਆਫ ਐਗਜ਼ਿਸਟਿੰਗ ਡਿਸਫੰਕਸ਼ਨਲ ਇੰਸਟੀਟਿਊਸ਼ਨਸ ਫਿਰ ਉਹ ਕੀ ਕਹਿੰਦਾ ਕਿ ਸਪੋਜ਼ ਦੇਰ ਇਜ਼ ਐਨ ਇੰਸਟੀਟਿਊਸ਼ਨ ਵਿਚ ਇਜ਼ ਨੋਟ ਫੰਕਸ਼ਨਿੰਗ ਵੈਲ ਸਪੋਜ਼ ਕੋਈ ਸਕੂਲ ਹੈ ਜਾਂ ਕੋਈ ਕਾਲਜ ਹੈ ਜਾਂ ਕੋਈ ਹੋਰ ਆਫਿਸ ਹੈ ਜਿਹੜਾ ਕਿ ਠੀਕ ਤਰ੍ਹਾਂ ਦੇ ਨਾਲ ਕੰਮ ਨਹੀਂ ਕਰ ਰਿਹਾ ਸਪੋਜ਼ ਉਹ ਸਕੂਲ ਹੈਗਾ ਉਹਦੀ ਐਡਮਿਸ਼ਨ ਹਰ ਸਾਲ ਘਟੀ ਜਾ ਰਹੀ ਹੈ ਇਹ ਤਾਂ ਫਿਰ ਤੁਸੀਂ ਕੀ ਕਰੋ ਇਫ ਜੇ ਤੁਸੀਂ ਸੋਚੋ ਵੀ ਇਹਦਾ ਹੱਲ ਕੰਪਿਊਟਰਸ ਹੈ ਅਤੇ ਤੁਸੀਂ ਉੱਥੇ 20-50 ਕੰਪਿਊਟਰਸ ਲਿਆ ਕੇ ਰੱਖ ਦਿਉ ਤਾਂ ਉਹ ਕੀ ਕਹਿੰਦਾ ਕਿ ਇਟ ਵਿਲ ਨੋਟ ਸਰਵ ਐਨੀ ਪਰਪਸ ਸੋ lecture on the chapter building an internet culture so we were at point number 2 so jede unne suggestions de reha jide naal ke internet da maximum use ho sakda hai sudhar karan waste so dekho ina second paragraph jo ki keh reha si second point oda ki siga ke if an institution is not working well suppose ek school hai ode vich ਬਹੁਤ ਥੋੜ੍ਹੇ ਬੱਚੇ ਰਹਿ ਗਏ ਜਾਂ ਕੋਈ ਕਾਲਜ ਹੈ ਜਿਹੜਾ ਕਿ ਫੇਲ ਹੋ ਰਿਹਾ ਤਾਂ ਕਦੀ ਵੀ ਤੁਸੀਂ ਇਹ ਨਾ ਸੋਚੋ ਕਿ ਇੱਥੇ ਇੰਟਰਨੈਟ ਹੀ ਇੱਥੇ ਕੰਪਿਊਟਰ ਦੇ ਕੇ ਅਸੀਂ ਕੀ ਕਰਾਂਗੇ ਜਾਂ ਇੰਟਰਨੈਟ ਦੇ ਕੇ ਅਸੀਂ ਇਹ ਸਕੂਲ ਨੂੰ ਫਿਕਸ ਕਰ ਸਕਦੇ ਹਾਂ ਸਕੂਲ ਨੂੰ ਦੁਬਾਰਾ ਠੀਕ ਕਰ ਸਕਦੇ ਹਾਂ ਬਿਕੋਜ਼ ਉਹ ਕੀ ਕਹਿੰਦਾ ਕਿ ਪਹਿਲਾਂ ਤੁਹਾਨੂੰ ਬਾਕੀ ਸੁਧਾਰ ਲਿਆਉਣੇ ਪੈਣਗੇ ਦੇਖਣ ਨੂੰ ਇਹਦੇ ਵਿੱਚ ਕਿਹਾ ਦਾ ਇੰਟਰਨੈਟ ਫੋਰ ਐਗਜ਼ਾਮਪਲ ਵਿਲ ਨੋਟ ਫਿਕਸ ਯੋਰ ਸਕੂਲਸ Perhaps the internet can be part of a much larger and more complicated plan for fixing your schools. Ho sakda hai ke sudharan cho ik hove ke tusi utthe internet di provision karo par tuhanu hor cheezan da vi sudhar karna payega. Now I move on to the third paragraph. Focus on developing people not machinery. Ke lokan nu develop karan di koshish karo machinery navi to navi lyaan de bal ਕੋਈ ਵੀ ਸਰਕਾਰ ਜ਼ੋਰ ਨਾ ਦੇਵੇ ਜਾਂ ਕੋਈ ਵੀ ਸੰਸਥਾ ਜ਼ੋਰ ਨਾ ਦੇਵੇ ਫੋਰ ਐਗਜ਼ਾਮਪਲ ਉਹਨੇ ਕੀ ਕਿਹਾ ਲਰਨਿੰਗ ਹਾਊ ਟੂ ਯੂਜ਼ ਦ ਇੰਟਰਨੈਟ ਇਜ਼ ਪ੍ਰਾਈਮੈਰੀਲੀ ਅ ਮੈਟਰ ਆਫ ਇੰਸਟੀਟਿਊਸ਼ਨਲ ਅਰੇਂਜਮੈਂਟਸ ਨੋਟ ਟੈਕਨੀਕਲ ਸਕਿੱਲਸ ਸੋ ਫਿਰ ਉਹ ਕੀ ਕਹਿੰਦਾ ਕਿ ਤੁਸੀਂ ਸਪੋਜ਼ ਇਫ ਯੂ ਵਾਂਟ ਟੂ ਇਨਸ਼ੋਰ ਦੈਟ ਆਲ ਆਫ ਯੋਰ ਇੰਪਲੋਈਜ਼ ਸ਼ੁੱਡ ਮੇਕ ਯੂਜ਼ ਆਫ ਇੰਟਰਨੈਟ ਤਾਂ ਉਹ ਕੀ ਕਹਿੰਦਾ ਕਿ ਇਹਦੇ ਵਾਸਤੇ ਬਹੁਤ ਜ਼ਿਆਦਾ ਤੁਹਾਨੂੰ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਸਿੰਪਲ ਇੰਸਟੀਟਿਊਸ਼ਨਲ ਅਰੇਂਜਮੈਂਟ ਦੇ ਨਾਲ ਯੂ ਕੈਨ ਡੂ ਦੈਟ ਫਿਰ ਫੋਰ ਐਗਜ਼ਾਮਪਲ ਇੰਸਟੀਟਿਊਸ਼ਨਲ ਅਰੇਂਜਮੈਂਟਸ ਕੀ ਹੈ ਕਿ ਤੁਸੀਂ ਇੱਕ ਪੀਰੀਅਡ BA 6 ਸਮੈਸਟਰ ਨੂੰ ਦੇ ਦਿਉ ਕਿ ਤੁਸੀਂ ਯੂਜ਼ ਕਰ ਲਓ ਇੰਟਰਨੈਟ ਕੰਪਿਊਟਰ ਯੂਜ਼ ਕਰ ਲਓ ਅਗਲਾ ਪੈਰਾਗ੍ਰਾ ਅਗਲਾ ਜਿਹੜਾ ਹੈਗਾ ਪੀਰੀਅਡ ਉਹ ਤੁਸੀਂ ਕਿਹਨਾਂ ਨੂੰ ਦੇ ਦਿਉ ਅਗਲੇ 40 ਮਿੰਟ ਤੁਸੀਂ BA 4 ਸਮੈਸਟਰ ਨੂੰ ਦੇ ਦਿਉ ਸੋ ਇਹਦੇ ਵਾਸਤੇ ਤੁਹਾਨੂੰ ਇਹ ਜ਼ਰੂਰਤ ਨਹੀਂ ਹੈ ਕਿ ਤੁਸੀਂ
बहुत ज़्यादा मशीनरी ला के रख दो सिंपली इंस्टीट्यूशनल अरेंजमेंट के नाल इदा की एडजस्टमेंट के नाल तुसी की कर सकते हो यू कैन मेक द मैक्सिमम यूज ऑफ इंटरनेट देयरफॉर इनवाइट प्रपोजल्स फॉर डिमॉन्स्ट्रेशन प्रोजेक्ट्स दैट इनेबल योर इंस्टीट्यूशंस टू लर्न हाउ टू यूज द मशीनरी कि मशीनरी पहला वरतन वास्ते लोगों को ट्रेन करो बजाय कि मशीनरी लिया लिया के रखी जाओ नैक्सट इज फोर्थ पॉइंट बिल्ड इंटरनेट सिविल सोसाइटी इंटरनेट सिविल सोसाइटी मीनस जरा कि इंटरनेट का इस्तेमाल सभ्य तरीके दे नाल करन फिर उस तरह का समाज निर्मित करो फाइंड दोज पीपल इन एवरी सैक्टर ऑफ सोसाइटी दैट वॉन्ट टू यूज द इंटरनेट फॉर पॉजिटिव सोशल परपजिज इंट्रोड्यूस दैम टू वन अनदर एंड कनैक्ट दैम टू देयर काउंटर पार्ट इन अदर कंट्रीज अराउंड द वर्ल्ड कि सरकार की कोशिश करे कि उन्होंने लोगों को लभे जिहड़े के चंगे कामों वास्ते जिहड़े के समाज के सुधार वास्ते इंटरनेट का इस्तेमाल करना चाहते हैं उन्होंने लभो तो उन्होंने एक दूजे ना कनैक्ट करो ताकि वो एक दूजे की नॉलेज तो इनफॉर्मेशन दे विच वाधा कर सकन तो जे उन्होंने नॉलेज विच वाधा होएगा नैचुरली इट विल बेनीफिट योर कंट्री ऑलसो इट विल बेनीफिट द होल ऑफ सोसाइटी द होल ऑफ वर्ल्ड नाउ वी कम टू पॉइंट नंबर 5 Electronic mail is more important than technologies such as the World Wide Web, WWW, that employs sophisticated graphics. You can get most of the social benefit of the internet with low technology that works entirely with text without foreclosing the possibility of upgrading the technology later on. So, ki kehnda hai ke email jehdi hai oh sab to vadhiya tarika hai ek dusre naal connect hon da. Phir ki bajaye ki assi WWW ਦਾ ਹੀ ਇਸਤੇਮਾਲ ਕਰੀਏ ਜਿਹੜਾ ਕਿ ਜਿਹਦੇ ਵਿੱਚ ਕੀ ਆਉਂਦੀ ਹੈ ਜਿਹਦੇ ਵਿੱਚ ਪਿਕਚਰਸ ਆਉਂਦੀਆਂ ਜਿਹਦੇ ਵਿੱਚ ਵੀਡੀਓਜ਼ ਆਉਂਦੇ ਆ ਉੱਤੋਂ ਕੀ ਕਹਿੰਦਾ ਕਿ ਈਮੇਲ ਵਰਗੀ ਕੋਈ ਚੀਜ਼ ਨਹੀਂ ਹੈ ਇੱਕ ਦੂਜੇ ਨਾਲ ਜੁੜਨ ਦੀ ਸੋ ਆਮ ਤੌਰ 'ਤੇ ਆਪਾਂ ਕੀ ਕਰਦੇ ਹਾਂ ਸਾਨੂੰ ਬਹੁਤਿਆਂ ਨੂੰ ਵੀ ਡੂ ਨੋਟ ਨੋ ਹਾਊ ਟੂ ਸੈਂਡ ਐਨ ਈਮੇਲ ਅਸੀਂ ਬਹੁਤ ਗੁਰੇਜ਼ ਕਰਦੇ ਹਾਂ ਵੀ ਡੂ ਨੋਟ ਮੇਕ ਯੂਜ਼ ਆਫ ਦਿਸ ਮੀਡੀਅਮ ਪਰ ਅਕੋਰਡਿੰਗ ਟੂ ਹਿਮ ਈਮੇਲ ਸਭ ਤੋਂ ਵਧੀਆ ਤਰੀਕਾ ਜਿਹਦੇ ਵੀ ਸਿਰਫ ਟੈਕਸਟ ਹੁੰਦਾ ਜਿਹਦੇ ਵਿੱਚ ਕਿ ਸਿਰਫ ਤੁਸੀਂ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ ਕੀ ਕਹਿੰਦਾ ਕਿ ਸਭ ਤੋਂ ਸਸਤਾ ਅਤੇ ਸਭ ਤੋਂ ਵਧੀਆ ਤਰੀਕਾ ਸੋ ਪਹਿਲਾਂ ਇਹਨੂੰ ਇੰਟਰੋਡਿਊਸ ਕਰੋ ਲੋਕਾਂ ਨੂੰ ਈਮੇਲ ਕਰਨੀ ਸਿਖਾਓ ਇੱਧਰ ਇਨਕਰੇਜ ਕਰੋ ਕਹਿੰਦਾ ਬਾਅਦ ਦੇ ਵਿੱਚ ਤੁਸੀਂ ਇਹਦੇ ਵਿੱਚ ਹੋਰ ਜਿੱਦਾਂ ਜਿੱਦਾਂ ਤੁਹਾਡੇ ਕੋਲ ਰਿਸੋਰਸਿਸ ਆਉਣਗੇ ਸਾਧਨ ਆਉਣਗੇ ਤੁਸੀਂ ਇਸ ਤੋਂ ਅੱਗੇ ਜਾ ਸਕਦੇ ਹੋ ਸੋ ਕਹਿੰਦਾ ਕਿ ਈਮੇਲ ਵੱਲ ਧਿਆਨ ਦਿਓ ਜਿਹੜਾ ਕਿ ਸਭ ਤੋਂ ਵਧੀਆ ਤਰੀਕਾ ਇੱਕ ਦੂਜੇ ਨਾਲ ਜੁੜਨ ਦਾ Electronic mail, same point hai, dekho, electronic mail does require literacy, but the benefits of electronic correspondence also provide a powerful motivation to acquire literacy skills. So, kehnda hai, email de vich ik zarur problem aandi hai, ke ede vaste tuhanu padhna likhna aana chahida hai. Par kehnda da changa point ki hai, ki je tusi email karan vaste lokan nu encourage karoge, ta fir ki hai, bajaye ki ਮਹਿੰਗੇ ਮਹਿੰਗੇ ਚੀਜ਼ਾਂ ਦੇ ਪਿੱਛੇ ਦੌੜਨ WWW ਦੇ ਪਿੱਛੇ ਜਾਂ ਹੋਰ ਕੀ ਕਹਿੰਦਾ ਕਿ ਈਮੇਲ ਸਭ ਤੋਂ ਸਸਤਾ ਤਰੀਕਾ ਸੋ ਇਹਦੇ ਵਿੱਚ ਵਿਅਕਤੀ ਦੇ ਪੜ੍ਹੇ ਲਿਖੇ ਹੋਣ ਦੀ ਜ਼ਰੂਰਤ ਜ਼ਰੂਰ ਹੈਗੀ ਹੈ ਪਰ ਉਹ ਕੀ ਕਹਿੰਦਾ ਬਟ ਇਹਦੇ ਨਾਲ ਦ ਪੀਪਲ ਵਾਂਟ ਟੂ ਐਟਲੀਸਟ ਦੇ ਵਾਂਟ ਟੂ ਲਰਨ ਹਾਊ ਟੂ ਰੀਡ ਐਂਡ ਰਾਈਟ ਸੋ ਕਹਿੰਦਾ ਇਹ ਵੀ ਇੱਕ ਵਧੀਆ ਚੀਜ਼ ਹੈ ਸੋ ਨੈਕਸਟ ਦੇਖੋ 6th Conduct extensive structured analysis of the technical and cultural environment. Include the people whose work will actually be affected. So, ki kehnda ki pehla ek research karo ki kede log hai jinna nu internet nal fayda hoega. A shared analytical process will help envision how the technology will fit into the whole way of life around it and the technology will have a greater chance of actually being ਯੂਜ਼ਡ ਸੋ ਪਹਿਲਾਂ ਉਹਨਾਂ ਲੋਕਾਂ ਨੂੰ ਸਟੱਡੀ ਕਰੋ ਜਿਹੜੇ ਕਿ ਇਹਨਾਂ ਨੂੰ ਯੂਜ਼ ਕਰ ਸਕਦੇ ਆ ਅਤੇ ਫਿਰ ਬੈਸਟ ਤਰੀਕਾ ਲੱਭੋ ਕਿ ਉਹ ਉਹਨਾਂ ਵਿੱਚ ਇਹ ਟੈਕਨੋਲੋਜੀ ਇੰਟਰੋਡਿਊਸ ਕਰਨ ਵਾਸਤੇ ਪੁਆਇੰਟ ਨੰਬਰ 7 ਆਈਡੈਂਟੀਫਾਈ ਐਗਜ਼ਿਸਟਿੰਗ ਪ੍ਰੈਕਟਿਸਿਸ ਫੋਰ ਸ਼ੇਅਰਿੰਗ ਇਨਫੋਰਮੇਸ਼ਨ ਐਂਡ ਬਿਲਡਿੰਗ ਸੋਸ਼ਲ ਨੈਟਵਰਕਸ ਐਂਡ ਐਕਸਪੈਰੀਮੈਂਟ ਯੂਜਿੰਗ ਦ ਇੰਟਰਨੈਟ ਐਂਡ ਅਲਾਈਡ ਟੈਕਨੋਲੋਜੀਜ਼ ਟੂ ਐਂਪਲੀਫਾਈ ਦੈਮ ਸੋ ਉਹਨਾਂ ਦੇ ਹੁਣ ਆਈਡੈਂਟੀਫਾਈ ਮੀਨਸ ਪਤਾ ਲਗਾਓ ਕਿ ਉਹ ਵਾਲੇ ਸਮਾਜ ਇੱਕ ਦੂਜੇ ਨਾਲ ਕਿੱਦਾਂ ਜੁੜਦੇ ਆ ਵੀ ਫੋਰ ਐਗਜ਼ਾਮਪਲ ਜਿਸ ਆਪਾਂ ਕੀਤਾ ਸੀ ਕਿ ਹੰਗਰੀ ਦੇ ਲੋਕ ਦੇ ਗੋ ਟੂ ਜਿਮਨੇਜ਼ੀਅਮਸ ਕਹਿੰਦਾ ਫਿਰ ਜਿਹੜੇ ਤਰੀਕੇ ਹੁੰਦੇ ਉਹਨਾਂ ਦੇ ਇੱਕ ਦੂਜੇ ਨਾਲ ਜੁੜਨ ਦੇ ਉੱਥੇ ਇੰਟਰਨੈਟ ਇੰਟਰੋਡਿਊਸ ਕਰੋ ਤਾਂ ਕਿ ਉਹ ਵਾਲੇ ਜਿਹੜੇ ਤਰੀਕੇ ਹੈ ਦੇ ਸ਼ੁੱਡ ਬੀ ਐਂਪਲੀਫਾਈਡ
ਉਹਨਾਂ ਵਿੱਚ ਪ੍ਰੋਗਰੈਸ ਹੋਵੇ ਤਾਂ ਕਿ ਲੋਕ ਇੱਕ ਦੂਸਰੇ ਨਾਲ ਜੁੜਨ। ਪੁਆਇੰਟ ਨੰਬਰ 8, ਡੋਂਟ ਡਿਸਟ੍ਰੀਬਿਊਟ ਦ ਟੈਕਨੋਲੋਜੀ ਰੈਂਡਮਲੀ। ਰੈਂਡਮਲੀ ਦਾ ਮਤਲਬ ਵੀ ਕੀ ਹੈ ਕਿ ਬਿਨਾਂ ਸੋਚੇ ਸਮਝੇ, ਕਿ ਐਵੇਂ ਕਿਸੇ ਨੂੰ ਕਹਿ ਦਿੱਤਾ ਤੈਨੂੰ ਦੇਵਾਂਗੇ ਇੰਟਰਨੈਟ ਦੀ ਸੁਵਿਧਾ, ਇਹ ਵਾਲੇ ਕਾਲਜ ਨੂੰ ਦੇਵਾਂਗੇ, ਇਹ ਵਾਲੇ ਸਕੂਲ ਨੂੰ ਦੇਵਾਂਗੇ। ਉਹ ਕੀ ਕਹਿੰਦਾ ਕਿ ਇੱਦਾਂ ਨਹੀਂ, ਸੋਚ ਸਮਝ ਕੇ ਇਹ ਵਾਲੀ ਟੈਕਨੋਲੋਜੀ ਦਾ ਵਿਤਰਨ ਸਰਕਾਰ ਕਰੇ। ਇਲੈਕਟ੍ਰੋਨਿਕ ਮੇਲ ਇਜ਼ ਯੂਜ਼ਲੈਸ ਅਨਲੈਸ ਦ ਪੀਪਲ ਯੂ ਵਾਂਟ ਟੂ ਕਮਿਊਨੀਕੇਟ ਵਿਦ ਆਰ ਆਲਸੋ ਔਨਲਾਈਨ ਐਂਡ ਪੀਪਲ ਵਿਲ ਨੋਟ ਰੀਡ ਦੇਅਰ ਈਮੇਲ ਅਨਲੈਸ ਦੇ ਵਾਂਟ ਟੂ। ਦੇਅਰਫੋਰ ਯੂ ਸ਼ੁੱਡ ਫੋਕਸ ਯੋਰ ਐਫਰਟ ਔਨ ਪਰਟੀਕੁਲਰ ਕਮਿਊਨਿਟੀਜ਼, ਸਟਾਰਟਿੰਗ ਵਿਦ ਦ ਕਮਿਊਨਿਟੀਜ਼ ਦੈਟ ਹੈਵ ਅ ਸਟਰੋਂਗ ਸੈਂਸ ਆਫ ਆਈਡੈਂਟੀ, ਅ ਗੁੱਡ ਰਿਕਾਰਡ ਆਫ ਸ਼ੇਅਰਿੰਗ ਇਨਫੋਰਮੇਸ਼ਨ ਐਂਡ ਅ ਕਲੈਕਟਿਵ ਮੋਟੀਵੇਸ਼ਨ ਟੂ ਗੈਟ ਔਨਲਾਈਨ। ਫੋਰ ਐਗਜ਼ਾਮਪਲ, ਜੇ ਤੁਸੀਂ ਈਮੇਲ ਦੀ ਸੁਵਿਧਾ ਦੇ ਰਹੇ ਹੋ ਤਾਂ ਐਟਲੀਸਟ ਜਿਹੜਾ ਅੱਗੇ ਵਿਅਕਤੀ ਉਸ ਈਮੇਲ ਨੂੰ ਜਿਹਦੇ ਵੱਲ ਜਾ ਰਹੀ ਹੈ ਉਹ ਈਮੇਲ, ਉਹ ਵੀ ਕੀ ਹੋਣਾ ਚਾਹੀਦਾ, ਉਹਦੇ ਵਿੱਚ ਵੀ ਇਹ ਮਰਜ਼ੀ ਹੋਣੀ ਚਾਹੀਦੀ ਹੈ ਕਿ ਉਹ ਈਮੇਲ ਖੋਲ੍ਹ ਕੇ ਪੜ੍ਹੇ। ਸੋ ਇਸ ਕਰਕੇ ਪਹਿਲਾਂ ਕੀ ਕਰਨਾ ਚਾਹੀਦਾ, ਵਨ ਸ਼ੁੱਡ ਦ ਗਵਰਨਮੈਂਟ ਸ਼ੁੱਡ ਮੇਕ ਐਨ ਅਨੈਲਿਸਿਸ ਕਿ ਕਿਹੜੇ ਲੋਕ ਹੈਗੇ ਆ ਇਹਨਾਂ ਨੂੰ ਈਮੇਲ ਜਾਂ ਕੋਈ ਵੀ ਇੱਦਾਂ ਦੀ ਸੁਵਿਧਾ ਦੇਣ ਦਾ ਇਹਨਾਂ ਨੂੰ ਫਾਇਦਾ ਵੀ ਹੈਗਾ ਕਿ ਨਹੀਂ, ਕਲੀਅਰ? ਅਦਰਵਾਈਜ਼ ਇਟ ਵਿਲ ਬੀ ਅ ਵੇਸਟੇਜ ਆਫ ਮਨੀ। 9th, ਦੇਖੋ ਪੁਆਇੰਟ, ਫੋਰ ਚਿਲਡਰਨ ਪ੍ਰੈਕਟੀਕਲ ਐਕਸਪੀਰੀਅੰਸ ਇਨ ਔਰਗੇਨਾਈਜ਼ਿੰਗ ਕੰਪਲੀਕੇਟਿਡ ਸੋਸ਼ਲ ਈਵੈਂਟਸ, ਫੋਰ ਐਗਜ਼ਾਮਪਲ ਥੀਏਟਰ ਪ੍ਰੋਡਕਸ਼ਨਸ, ਇਜ਼ ਮੋਰ ਇੰਪੋਰਟੈਂਟ ਦੈਨ ਕੰਪਿਊਟਰ ਸਕਿੱਲਸ। ਸੋ ਦੇਰ ਇਜ਼ ਅ ਨਿਊ ਟ੍ਰੈਂਡ ਇਨ ਅਵਰ ਸਕੂਲਸ ਦੀਜ਼ ਡੇਜ਼। ਫੋਰ ਐਗਜ਼ਾਮਪਲ, ਹਰ ਕਲਾਸ, ਛੋਟੀ ਤੋਂ ਛੋਟੀ ਕਲਾਸ ਦੇ ਵਿੱਚ ਈਵਨ ਨਰਸਰੀ ਚਿਲਡਰਨ ਆਰ ਬੀਂਗ ਟੋਟ ਦਿਸ ਸਬਜੈਕਟ। ਸੋ ਕੀ ਕਹਿੰਦਾ ਕਿ ਇੱਦਾਂ ਕੋਈ ਫਾਇਦਾ ਨਹੀਂ ਹੈ ਚਿਲਡਰਨ ਵਾਸਤੇ, ਛੋਟੇ ਬੱਚਿਆਂ ਵਾਸਤੇ। ਇਟ ਇਜ਼ ਇਟ ਵਿਲ ਬੀ ਮੋਰ ਬੈਨੀਫਿਸ਼ੀਅਲ ਇਫ ਯੂ ਔਰਗੇਨਾਈਜ਼ ਅਦਰ ਐਕਟੀਵਿਟੀਜ਼। ਫੋਰ ਐਗਜ਼ਾਮਪਲ, ਉਹਨੇ ਕੀ ਦੱਸਿਆ, ਥੀਏਟਰ ਪ੍ਰੋਡਕਸ਼ਨਸ, ਕੋਈ ਡਰਾਮਾ ਖੇਡ ਲੈਣ ਬੱਚੇ, ਬਜਾਏ ਕਿ ਉਹਨਾਂ ਨੂੰ ਕੰਪਿਊਟਰ ਸਿਖਾਇਆ ਜਾਏ। ਠੀਕ ਹੈ? ਸੋ ਅੱਜ ਕੱਲ੍ਹ ਹਰ ਪਬਲਿਕ ਸਕੂਲ ਦੇ ਵਿੱਚ ਕੀ ਕਰਦੇ ਆ ਕਿ ਛੋਟੇ ਤੋਂ ਛੋਟੇ ਲੈਵਲ ਤੋਂ ਦੇ ਵਿਲ ਸਟਾਰਟ ਕੰਪਿਊਟਰ ਐਜੂਕੇਸ਼ਨ। ਅਕੋਰਡਿੰਗ ਟੂ ਦ ਰਾਈਟਰ, ਦਿਸ ਇਜ਼ ਆਫ ਨੋ ਯੂਜ਼। ਕਹਿੰਦਾ ਛੋਟੇ ਬੱਚਿਆਂ ਨੂੰ ਤਾਂ ਤੁਸੀਂ ਕੋਈ ਹੋਰ ਤਰ੍ਹਾਂ ਦੀ ਐਕਟੀਵਿਟੀਜ਼ ਕਰਵਾਓ। ਫੋਰ ਐਗਜ਼ਾਮਪਲ, ਥੀਏਟਰ ਆਈਟਮਸ, ਥੀਏਟਰ ਪ੍ਰੋਡਕਸ਼ਨਸ, ਕੋਈ ਡਰਾਮਾ ਖੇਡਣ ਬੱਚੇ, ਕੋਈ ਗਰੁੱਪ ਸੌਂਗ ਗਾਣ। ਦ ਇੰਟਰਨੈਟ ਕੈਨ ਬੀ ਅ ਪਾਵਰਫੁਲ ਟੂਲ ਫੋਰ ਐਜੂਕੇਸ਼ਨ ਇਫ ਇਟ ਇਜ਼ ਇੰਟੀਗ੍ਰੇਟਿਡ ਇਨ ਟੂ ਅ ਕੋਹਰੈਂਟ ਪੈਡਾਗੋਜੀ। ਪੈਡਾਗੋਜੀ ਕੀ ਹੁੰਦੀ? ਟੀਚਿੰਗ। ਬਟ ਸਮਵਨ ਹੂ ਹੈਜ਼ ਐਕਸਪੀਰੀਅੰਸ ਵਿਦ ਦ ਸੋਸ਼ਲ ਸਕਿੱਲਸ ਆਫ ਔਰਗੇਨਾਈਜ਼ਿੰਗ ਵਿਲ ਇਮੀਡੀਏਟਲੀ ਕੰਪਰੀਹੈਂਡ ਦ ਪਰਪਸ ਆਫ ਦ ਇੰਟਰਨੈਟ ਐਂਡ ਵਿਲ ਰੈਡੀਲੀ ਐਕਵਾਇਰ ਦ ਟੈਕਨੀਕਲ ਸਕਿੱਲਸ ਵੈਨ ਦ ਟਾਈਮ ਕਮਸ। ਸੋ ਕੀ ਕਹਿੰਦਾ ਕਿ ਸਕੂਲਾਂ ਦੇ ਵਿੱਚ ਛੋਟੇ ਜਿਹੜੇ ਬੱਚੇ ਆ ਉਹਨਾਂ ਨੂੰ ਬਜਾਏ ਕਿ ਕੰਪਿਊਟਰ ਸਕਿੱਲਸ ਸਿਖਾਉਣ ਦੇ, ਯੂ ਸ਼ੁੱਡ ਟੀਚ ਦੈਮ ਸੋਸ਼ਲ ਸਕਿੱਲਸ। ਸੋਸ਼ਲ ਸਕਿੱਲਸ ਮੀਨਸ ਹਾਊ ਟੂ ਕਨੈਕਟ ਵਿਦ ਈਚ ਅਦਰ ਐਂਡ ਹਾਊ ਟੂ ਵਰਕ ਟੂਗੈਦਰ। ਸੋ ਜੇ ਇੱਦਾਂ ਦੀਆਂ ਚੀਜ਼ਾਂ ਸਿਖਾਓਗੇ, ਉਹ ਕੀ ਕਹਿੰਦਾ ਕਿ ਦੈਟ ਵਿਲ ਬੀ ਬੈਟਰ, ਕਿ ਬਿਕੋਜ ਕੰਪਿਊਟਰ ਸਕਿੱਲਸ ਦੇ ਕੈਨ ਲਰਨ ਐਟ ਐਨੀ ਪੁਆਇੰਟ ਆਫ ਟਾਈਮ, ਬਟ ਸੋਸ਼ਲ ਸਕਿੱਲਸ ਹੈਵ ਟੂ ਬੀ ਟੋਟ ਵੈਰੀ ਅਰਲੀ। ਫੋਰ ਐਗਜ਼ਾਮਪਲ, ਵੈਨ ਦ ਚਾਈਲਡ ਇਜ਼ ਵੈਰੀ ਸਮਾਲ, ਓਨਲੀ ਦੈਨ ਉਹਨੂੰ ਤੁਸੀਂ ਇੱਕ ਦੂਜੇ ਨਾਲ ਜੁੜਨ ਦੀ, ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ ਦੀਆਂ ਜਿਹੜੀਆਂ ਸਕਿੱਲਸ ਆ ਉਹ ਸਿਖਾ ਸਕਦੇ ਹੋ। ਸੋ ਕਹਿੰਦਾ ਕੰਪਿਊਟਰ ਸਕਿੱਲਸ ਕੈਨ ਬੀ ਲਰਨਡ ਆਫਟਰਵਰਡਸ ਆਲਸੋ, ਪਰ ਜਿਹੜੀਆਂ ਸੋਸ਼ਲ ਸਕਿੱਲਸ ਆ ਉਹ ਕੀ ਹੈ, ਉਹ ਤੁਹਾਨੂੰ ਨਾਲ ਨਾਲ ਹੀ ਉਹਨਾਂ ਤੁਹਾਨੂੰ ਛੋਟੀ ਸਟੇਜ 'ਤੇ ਹੀ ਸਿਖਾਉਣੀਆਂ ਪੈਣਗੀਆਂ।